अस्सलामु अलैकुम जी, कैसे हैं आप सब? उम्मीद है सब लोग ठीक ठाक होंगे, खैरियत से होंगे। अल्लाह ताला आप सब लोगों को अपने हिफ्ज़ और ईमान में रखे, आमीन। चलें जी, व्लॉग का करते हैं आगाज़। कलेजियां बनाने लगे बच्चे, जल्दी जल्दी कर लो, असं दाने चुक लेंगे तो फिर आके खाने हैं। भाई तुम सा थोड़ा जि जायो यार, साड़ी थोड़ी जी हेल्प करवा दियो। ਨਹੀਂ ਉਹ ਮਿਲਣਾ ਕੋਈ ਨਹੀਂ, ਮੁਸ਼ਕਿਲ ਕੰਮ ਨਹੀਂ, ਸੌਖਾ ਜਿਹਾ ਹੀ ਦੇਣਾ ਤੁਹਾਨੂੰ ਕੰਮ। ਹਾਂਜੀ ਅਜਾ ਜੀ, ਸਿਆਸ ਭਾਈ ਨੇ ਕੱਲ ਕਲੇਜੀਆਂ ਮੰਗਵਾਈਆਂ ਸੀ, ਉਹਦਾ ਦਿਲ ਕਰਦਾ ਸੀਗਾ ਖਾਣ ਨੂੰ, ਸ਼ਾਇਦ ਵੱਡਾ ਗੋਸ਼ਤ ਮੰਗਦਾ ਜਾਂ ਕਲੇਜੀਆਂ ਮੰਗਦਾ। ਹਾਂਜੀ, ਤੇ ਫਿਰ ਅਸੀਂ ਨਾ ਸਾਡੇ ਕੋਲ ਮੰਗਵਾਈਆਂ ਸੀ, ਫੋਨ ਕੀਤਾ ਤੇ ਅਸੀਂ ਲੈ ਕੇ ਆਏ ਸੀ, ਤੇ ਹੁਣ ਮੈਂ ਧੋਣ ਲੱਗੀਆਂ, ਸਾਰਾ ਬਣਾ ਲੱਗੀਆਂ। ਕਹਿੰਦਾ ਵੀ ਬਣਾ ਲਓ ਨਾਲੇ ਤੁਸੀਂ ਖਾ ਲਿਓ ਅਤੇ ਨਾਲੇ ਅਸੀਂ ਖਾ ਲਈਏ, ਤੇ ਮੈਂ ਕਿਹਾ ਚਲੋ ਠੀਕ ਆ। ਹਿਵਾ ਨਹੀਂ ਨਾ ਦੇਣਾ ਤਾਂ ਨਾਲੇ ਉੱਤੇ ਉਹਨੂੰ ਸਕੂਲ ਹੋਣਾ, ਮੈਂ ਕਿਹਾ ਸ਼ਾਮ ਨੂੰ ਪਕਾਇਆ ਤਾਂ ਹਿਵਾ ਵੀ ਘਰ ਹੁੰਦੀ ਆ, ਹਿਵਾ ਤਾਂ ਖਾਂਦੀ ਕੋਈ ਨਹੀਂ ਆ, ਮੈਂ ਵੀ ਸ਼ੋਵੇ ਤਾਂ ਖਾ ਲੈਂਦੀ ਆ, ਮੈਂ ਵੀ ਤਾਂ ਚੈੱਕ ਕਰਦੀ ਕਰਦੀ ਇੱਕ ਬੋਟੀ ਖਾ ਜਾਂਦੀ ਮਲਕ ਦੇਣਾ, ਕਹਿੰਦੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ, ਕੁੜੀ ਨੂੰ ਫਿਰ ਮਾਫ਼ ਨਹੀਂ ਹੁੰਦੀ। ਹੋਰ ਨਿੰਬੂ ਦਾ ਚਾਰ ਪੁੱਟ ਹੈ ਨੀ ਆ, ਦਿੰਦੀ ਸਾਰਾ ਚੱਲ ਕੋਈ ਨੀ, ਸਮਾਂ ਰਲਵਾ ਸੋਹਣਾ ਹੋ ਜੂ, ਕੱਲੀਆਂ ਕਲੇਡੀਆਂ ਵੀ ਨੀ ਸਾਰਾ ਖਾ। ਹਾਂ ਚੰਨੇ ਵਾਲਿਆਂ ਨੇ ਬੁਰਕੀ ਖਾਧੀ ਹੋ ਤਾਂ ਮੈਂ ਤਾਂ ਕਹਿੰਦੀ ਸੀ ਨਸਰੁੱਲਾ ਵੀ ਇੱਕ ਅੱਧੀ ਖਾ ਲੈਂਦਾ। ਇਹ ਤਾਂ ਸੋਹਣੀ ਆ, ਵਿੱਚ ਕੁਝ ਬੋਟੀ ਖਾ ਲਈ ਚੱਲ ਕੋਈ। ਅੱਛਾ ਜੀ, ਐਚ ਕਲੇਜੀਆਂ ਧੋ ਕੇ ਰੱਖ ਲਈਆਂ ਵਾ, ਹੁਣ ਬੱਚੇ ਮੰਗਦੇ ਆ ਚਾਰ, ਮੈਂ ਚਾਰ ਨਿਕਾਲ ਕੇ ਦਿੰਦੀ ਹਾਂ, ਇੱਥੇ ਬਾਲਟੀ ਪਈ ਨਹੀਂ ਅਚਾਰ ਆ ਦੀ, ਇੰਨਾ ਹਨੇਰਾ ਜਿਹਾ ਲੱਗਦਾ, ਵਿੱਚੋਂ ਮਿਰਚ ਦਾ ਚਾਰ ਨਿਕਾਲ ਕੇ ਦਿੰਦੇ ਹਾਂ। ਅੱਛਾ ਜੀ, ਇਹ ਬੱਚੇ ਅੱਜ ਖਾ ਰਹੇ ਆ ਚਾਰ ਨਾਲ ਪਰਾਂਠੇ, ਇਹ ਹੀਰਾ ਬੈਠੀ ਆ ਖਾਂਦੀ, ਇਹ ਜ਼ਿਆਨ ਬੈਠਾ ਖਾਂਦਾ, ਇਹ ਮੋਇਜ਼ ਬੈਠਾ ਖਾਂਦਾ, ਇਹ ਹੀਬਾ ਬੈਠੀ ਆ ਖਾਂਦੀ। ਚੱਲ ਡੋਗੀ ਬਾਹਰ, ਚੱਲ ਬਾਹਰ ਬਾਹਰ ਚੱਲ, ਕਿੰਨਾ ਤੂੰ ਬਿਸ਼ਰਮ ਸੁਣਦਾ ਹੀ, ਚੱਲ ਬਾਹਰ ਬਾਹਰ ਚੱਲ। ਅੱਛਾ ਜੀ, ਇਹ ਲਸਣ ਛਿੱਲਿਆ ਵਾ, ਇਹ ਇੱਕ ਟਮਾਟਰ ਹਰੀਆਂ ਮਿਰਚਾਂ ਅਤੇ ਪਿਆਜ਼ ਛਿੱਲਿਆ, ਹੁਣ ਹਾਂਡੀ 'ਚ ਪਾਉਂਦੇ ਹਾਂ ਅਤੇ ਪੱਕਣ ਵਾਸਤੇ ਰੱਖਦੇ ਹਾਂ। ਅੱਛਾ ਜੀ, ਅੰਮੀ ਜੀ ਹੁਣ ਲੱਗੀ ਇੱਥੇ ਝਾੜੂ ਲਗਾਉਣ, ਅਤੇ ਫਿਰ ਰੱਖਦੇ ਹਾਂ ਸਾਲਣ, ਕਿਉਂਕਿ ਸੁਬਹ ਉੱਠ ਕੇ ਅੱਜ ਅੰਮੀ ਜੀ ਦੇ ਬਾਜ਼ੂ ਬਹੁਤ ਜ਼ਿਆਦਾ ਦਰਦ ਕਰਦੇ ਆ, ਵੀ ਮੈਂ ਝਾੜੂ ਲਗਾਉਂਦੀ। ਹਾਂਜੀ, ਅਤੇ ਸਹੀ ਠੀਕ। ਅੱਛਾ ਜੀ, ਸਾਡੀ ਦਿਹਾਤੀ ਲਾਈਫ ਇਸ ਤਰ੍ਹਾਂ ਦੀ ਹੋਈ ਆ, ਬਸ ਅਸੀਂ ਕੋਈ ਇਹ ਨਹੀਂ ਹੈਗੇ ਵੀ ਗੈਸਾਂ 'ਤੇ ਜਾਂ ਕਿੱਦਾਂ ਜਾਂ ਨੌਕਰ ਚੌਕਰ, ਬਸ ਇੱਥੇ ਆਪ ਹੀ ਕਰਨਾ ਪੈਂਦਾ, ਅਤੇ ਇਸ ਤਰ੍ਹਾਂ ਸਾਡੇ ਵਡੇਰਿਆਂ ਨੇ ਜ਼ਿੰਦਗੀ ਗੁਜ਼ਾਰੀ, ਅਤੇ ਇਸ ਤਰ੍ਹਾਂ ਹੀ ਅਸੀਂ, ਅਤੇ ਆ ਕਿਚਨਾਂ ਦਾ ਹਾਲ ਅੱਗ ਬਾਲ ਕੇ ਇਵੇਂ ਹੀ ਹੁੰਦਾ ਵਾ। ਹਾਂਡੀ ਧੋਣ ਲੱਗਿਆ ਮੰਮੀ, ਉਧਰ ਸਾਡਾ ਨਿਜ਼ਾਮ ਸਹੀ ਆ, ਨਲਕੇ ਵਾਲਾ, ਨਲਕੇ ਵਾਲਾ
ਲੜਕਾ ਤੇ ਇਹ ਵੀ ਪੁੱਤ ਨਹੀਂ ਮਾੜਾ, ਇਹ ਵੀ ਸਹੀ ਆ, ਇਹ ਵੀ ਉਹਦਾ ਭਰਾ ਹੀ ਆ, ਉਹ ਵੀ ਇਦਾਂ ਦਾ ਹੀ ਆ। ਹਾਂਜੀ ਤੇ ਰਮੀ ਜੀ ਨੇ ਦੁੱਧ ਗਰਮ ਕਰਨਾ ਜੋ ਨਾ ਉਹ ਰੱਖਾ ਹੋਇਆ ਹੈ ਮਾਸ਼ਾਅੱਲਾ। ਅੱਛਾ ਜੀ ਦੇਖ ਜੀ ਧੋ ਕੇ ਲਿਆਂਦੀ ਆ ਤੇ ਹੁਣ ਬੈਠ ਕੇ ਨਾ। ਅੱਛਾ ਜੀ ਪਹਿਲੇ ਅਸੀਂ ਕਲਿੱਪ ਬਣਾਉਣ ਲੱਗੇ ਸੀ, ਕੈਮਰਾਮੈਨ ਅੰਮੀ ਜੀ ਸੀ, ਅੰਮੀ ਜੀ ਨੂੰ ਫਿਆਜ਼ ਭਾਈ ਦੇ ਫੋਨ ਦਾ ਬਿਲਕੁਲ ਪਤਾ ਨਹੀਂ ਚੱਲਦਾ ਅਤੇ ਉਹ ਅੰਮੀ ਜੀ ਕੋਲ ਕੈਮਰਾ ਨਹੀਂ ਚੱਲਦਾ ਅਤੇ ਸਾਰਾ ਸਾਰਾ ਸੀਨ ਮਿਸ ਹੋ ਗਿਆ। ਅਤੇ ਹੁਣ ਇਸ ਕਲੇਜੀਆਂ ਦੇਚੀ 'ਚ ਪਾ ਲਈਆਂ ਸੀ, ਇਹਦੇ ਵਿੱਚ ਟਮਾਟਰ ਲਹਿਸਣ ਦੀਆਂ ਮਿਰਚਾਂ ਪਿਆਜ਼ ਹਰ ਚੀਜ਼ ਪਾ ਲਈ ਆ, ਹੁਣ ਪਾਉਂਦੇ ਹਾਂ ਪਾਣੀ। ਅੰਮੀ ਜੀ ਸਾਰਾ ਪਾਵਾਂ? ਨਹੀਂ ਥੋੜ੍ਹਾ ਪਾ ਕੇ, ਮੈਨੂੰ ਨਹੀਂ ਪਤਾ ਇੰਨਾ ਬਹੁਤ ਇੰਨਾ ਬਹੁਤ। ਅੱਛਾ ਜੀ ਹਾਂਜੀ ਅਤੇ ਰੱਖ ਦਿੱਤਾ ਅੱਗ 'ਤੇ ਪੱਕਣ ਵਾਸਤੇ, ਸਾਲਿਆਂ ਨੂੰ ਦੁੱਧ ਉਸ ਸਾਈਡ 'ਤੇ ਕਰ ਲਿਆ ਵਾ ਅਤੇ ਸਮਝ ਲਓ ਵੀ ਸਾਡੀ ਨਾਲ ਵੀਡੀਓ। ਅੰਮੀ ਜੀ ਕਹਿੰਦੇ ਮੈਨੂੰ ਵਿਆਸ ਭਾਈ ਦੇ ਫੋਨ ਦਾ ਪਤਾ ਨਹੀਂ ਚੱਲਦਾ, ਇਹ ਤਾਂ ਮੈਨੂੰ ਪਤਾ ਹੀ ਲੱਗਦਾ ਕੀ ਕੁਛ ਕਰਕੇ ਚਲਾਉਂਦਾ ਮੇਰਾ ਸੌਖਾ ਹੀ ਆ। ਤੁਸੀਂ ਉਹ ਉੱਪਰੋਂ ਰੋਕਿਆ ਸੀ ਨਾ ਉੱਪਰੋਂ ਜਿਹੜਾ ਉੱਥੋਂ ਕਰਨਾ ਸੀ ਅੰਮੀ ਜੀ ਨੇ, ਕਾਫੀ ਸਾਡਾ ਕੋਈ ਦੋ ਤਿੰਨ ਮਿੰਟ ਦਾ ਕਲਿੱਪ ਸਾਡਾ ਨਾ ਜਿਹੜਾ ਲਾਇਆ ਹੋ ਗਿਆ। ਅੱਛਾ ਕੋਈ ਨਹੀਂ ਆਪਾਂ ਕੋਈ ਹੋਰ ਬਣਾ ਲੈਂਦੇ ਹਾਂ, ਤੇ ਭਾਵੇਂ ਅਸੀਂ ਨੇ ਸੁਬਹ ਸੁਬਹ ਨਾਸ਼ਤਾ ਬਣਾਇਆ ਬੱਚਿਆਂ ਵਾਸਤੇ, ਹਾਂਜੀ ਪਰਾਂਠੇ ਬਣਾਏ ਆ, ਬੱਚੇ ਚਾਹ ਨਾਲ ਖਾਂਦੇ ਸ਼ੌਕ ਆ, ਚਾਹ ਨਾਲ ਖਾ ਰਹੇ। ਮੈਂ ਨਾ ਬਸ ਥੋੜ੍ਹਾ ਹੀ ਬੱਜੀ, ਮੈਂ ਕਿਹਾ ਬਾਅਦ 'ਚ ਜਦੋਂ ਸਾਲਣ ਤਾਜ਼ਾ ਬਣ ਜਾਏਗਾ ਨਾ ਫਿਰ ਹੋਰ ਆਟਾ ਗੁੰਨ ਕੇ ਤਵੀ 'ਤੇ ਫਿਰ ਬਾਕੀਆਂ ਵਾਸਤੇ ਪਕਾ ਲਾਂਗੇ, ਕਿਉਂਕਿ ਮੈਂ ਤਾਂ ਪਰਾਂਠਾ ਨਹੀਂ ਖਾਂਦੀ। ਹਾਂਜੀ ਤੇਰੇ ਭਾਈ ਵੀ ਘੱਟ ਹੀ ਖਾਂਦੇ ਪਰਾਂਠਾ, ਮਾਫਕ ਹੀ ਨਹੀਂ ਆਉਂਦਾ, ਹੁਣ ਮਾਰ ਉਹਨਾਂ ਵੀ ਇੰਨੀ ਮਾਫਕ ਆਉਂਦਾ, ਹੋਰ ਪਹਿਲਾਂ ਮੇਰਾ ਸਿਰ ਦਰਦਾ ਮੇਰਾ ਸਿਰ ਉਹਦੇ ਨੇ ਕਰਦਾ, ਤਾਂ ਕਰਕੇ ਮੈਂ ਕਿਹਾ ਚਲੋ ਮੈਂ ਆਪਣੇ ਬੱਚਿਆਂ ਨੂੰ ਬਣਾਣਾ ਹੀ ਜਾਣਾ ਵੀ ਬਣਾ ਬੇਟਾ ਛੱਡੋ ਤੇ ਹੁਣ ਮੱਖਣ ਮੁੱਖਣ ਹੋਵੇ ਬੰਦਾ ਰੋਟੀ ਚੋਪੜਨਾ ਸੀ। ਹਾਂ ਫਿਰ ਸੁੱਕੀ ਰੋਟੀ ਬੱਚੇ ਖਾਂਦੇ ਨਹੀਂ ਬੰਦੇ। ਬਸ ਫਿਰ ਤੈਨੂੰ ਪਤਾ ਸਿਆਣੇ ਹੈਗੇ ਆ। ਅੱਛਾ ਜੀ ਕਾਫੀ ਸਾਡੇ ਭੈਣ ਭਾਈ ਨੇ ਲੱਕੜੀ ਦੀ ਅੱਗ 'ਤੇ ਖਾਣਾ ਬਣਿਆ ਜ਼ਿਆਦਾ ਪਸੰਦ ਕਰਦੇ ਆ, ਮੈਂ ਇੱਕ ਦੋ ਦਫ਼ਾ ਵਿੱਚ ਉਹਨਾਂ ਰੋਜ਼ਿਆਂ 'ਚ ਗੈਸ 'ਤੇ ਬਣਾਉਣ ਲੱਗ ਗਈ ਅਤੇ ਕਾਫੀ ਭੈਣਾਂ ਲਿਖਣ ਲੱਗ ਗਈਆਂ, ਉਹਨਾਂ ਨੇ ਕਿਹਾ ਤੁਸੀਂ ਲੱਕੜੀ ਦੀ ਅੱਗ 'ਤੇ ਬਣਾਇਆ ਕਰੋ ਸਾਨੂੰ ਬਹੁਤ ਅੱਛਾ ਲੱਗਦਾ ਵਾ। ਸਾਡੇ ਵੀ ਲੱਕੜੀ ਹੀ ਹੈ ਵਾ ਨਾ, ਅਤੇ ਮੈਂ ਹਾਂਡੀ ਰੋਟੀਆਂ ਅਤੇ ਸੁਬਹਾ ਦਾ ਨਾਸ਼ਤਾ ਲੱਕੜੀ 'ਤੇ, ਅਤੇ ਵਿੱਚੋਂ ਕਿਤੇ ਜ਼ਿਆਦਾ ਦਾ ਦੁੱਧ ਗਰਮ ਕਰਨਾ ਜਾਂ ਚਾਵਲ ਉਬਾਲਣੇ ਜਾਂ ਕੋਈ ਥੋੜ੍ਹਾ ਬਹੁਤ, ਉਹ ਫਿਰ ਮੈਂ ਗੈਸ 'ਤੇ, ਅਤੇ ਫਿਰ ਵੀ ਦੋ ਤਿੰਨ ਸਿਲੰਡਰ ਲੱਗ ਗਏ। ਨਹੀਂ ਤੁਸੀਂ ਲੱਕੜੀ ਜੇ ਹੈ ਵਾ ਤੇ ਤੁਸੀਂ ਇਸ ਦਫ਼ਾ ਮੈਂ ਕਹਿੰਦੀ ਨਾਲੇ ਸੀ ਉਹ ਲੱਗੀਆਂ ਬਾਲਣ ਵਾਸਤੇ ਕਿੱਲਾ ਬੀਜਣ, ਨਾਲੇ ਤੁਹਾਡੇ ਕੋਲ ਹੁਣ ਲੱਕੜੀ ਵਾਲਾ ਕਿਚਨ ਹੈਗਾ, ਲੱਕੜੀ ਵਾਲੇ ਬਰਤਨ ਹੈਗੇ, ਤੇ ਫਿਰ ਕਿਹੜੀ ਜ਼ਰੂਰਤ ਆ। ਮੈਂ ਚੌਕ 'ਤੇ ਸੀਗੀ ਅਤੇ ਮੈਂ ਤਾਂ ਨਹੀਂ ਸੀ ਲੱਕੜੀ 'ਤੇ ਪਕਾਉਂਦੀ, ਮੈਂ ਕਿਹਾ ਮੇਰੇ ਬਰਤਨ ਕਾਲੇ ਹੁੰਦੇ, ਹੁਣ ਮੈਂ ਕਾਲੇ ਕਰ ਲਏ, ਹੁਣ ਮੈਂ ਇੱਕ ਸਪੈਸ਼ਲ ਦੇਚਕੀ ਲਗਾਈ ਆ ਹਾਂਡੀ ਨੂੰ ਅਤੇ ਇੱਕ ਚਾਹ ਨੂੰ, ਦੋ ਹੀ ਕਾਲੀਆਂ ਕੀਤੀਆਂ, ਅਤੇ ਇੱਕ ਜੇ ਕੋਈ ਚੀਜ਼ ਹੋਵੇ ਤਾਂ ਲੈ ਲਾ ਕੇ ਰੱਖ ਲੈਂਦੀ ਫਿਰ ਧੋ ਲੈਂਦੀ। ਹਾਂ ਮੰਮੀ ਇਹ ਕਰ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ, ਮੈਂ ਤਾਂ ਇੱਕ ਦੋ ਵਾਰੀ ਪੜ੍ਹ ਗਿਆ, ਮੇਰੀ ਸਵਾਦ ਨਹੀਂ ਪੱਕੀਆਂ, ਨਰਮ ਦਾ ਤਾਂ ਮੈਨੂੰ ਨਹੀਂ ਪਤਾ, ਪਰ ਜ਼ਾਇਕਾ ਨਹੀਂ ਮੈਨੂੰ, ਇੱਕ ਮਿੰਟ ਵਿੱਚੋਂ ਮਹਿਕ ਜੀ ਆਉਂਦੀ ਸੀ। ਮੈਂ ਰੱਖੀਆਂ ਸੀ, ਮੈਂ ਕਿਹਾ ਭਾਬੀ ਅਸੀਂ ਜਿਸ ਤਰ੍ਹਾਂ ਦੀਆਂ ਖਾਂਦੇ ਨਾ ਤੁਸੀਂ ਖੁਦ ਹੀ ਭੁੰਨ ਲਓ ਅਤੇ। ਹਾਂਜੀ ਕੌਣ? ਅੱਛਾ ਮਿਰਚ ਤੇਲ ਹੋ ਗਈ।
ਅੱਛਾ ਬਤੇਜ ਨਾ ਮਿਰਚ ਕਰੇ ਹੋਏ ਤੇਰੇ ਭਾਈ ਨੇ ਖਾਣਾ ਨਹੀਂ। ਅੱਛਾ ਜੀ ਜਿੱਥੇ ਝਾੜੂ ਲਗਾ ਕੇ ਸਫਾਈ ਕਰਕੇ ਬੈਠੇ ਸੀ ਪਕਾਉਣ, ਇਹ ਜਿਹੜੇ ਰੈਪਰ ਆ ਨਾ ਇੰਨੇ ਸਾਰੇ, ਇਹ ਅਜ਼ਿਆਨ ਨੇ ਤਾਂ ਹੀਰਾ ਨੇ ਲਿਆ ਲਿਆ ਕੇ ਨਾ ਉੱਧਰੋਂ ਰੂਮ 'ਚੋਂ ਕੱਢ ਕੇ ਇੱਥੇ ਰੱਖੇ ਆ। ਹਾਂਜੀ ਇਹ ਉੱਥੇ ਰੂਮ 'ਚੋਂ ਕੱਢ ਕੱਢ ਕੇ ਲਿਆ ਕੇ ਸਾਨੂੰ ਦਿੱਤੇ, ਸਾਨੂੰ ਖੋਲ੍ਹ ਕੇ ਦਿਓ ਅਸੀਂ ਖਾਣਾ ਵਾ। ਇਹ ਸਾਰੇ ਡਸਟਬਿਨ 'ਚ ਜਿੰਨਾ ਪਿਆ ਸੀ ਸਾਰਾ ਸਮਾਨ ਕੱਢ ਲਿਆ ਹੈ। ਸਾਡੇ ਕੋਲ ਨਾ ਇੱਥੇ ਇਸ ਤਰ੍ਹਾਂ ਥਾਪੀਆਂ ਜਿਹੀਆਂ ਹੁੰਦੀਆਂ ਵਾ, ਇਹਨਾਂ ਦਾ ਵੀ ਬਹੁਤ ਲੱਕੜੀ ਦੀ ਜਗ੍ਹਾ 'ਤੇ ਇਸਤੇਮਾਲ ਹੋ ਜਾਂਦੀਆਂ, ਬਲਦੀਆਂ ਵਾ। ਉਸ ਤਰ੍ਹਾਂ ਸਿੱਟ ਦਿੰਦਾ ਨਾ ਗੋਬਰ ਚੱਕ ਕੇ ਤੇ ਉਹ ਫਿਰ ਹਾਂਜੀ ਉਹ ਸੁੱਕ ਜਾਂਦਾ ਫਿਰ। ਅੱਛਾ ਜੀ ਅੱਛੀ ਤਰ੍ਹਾਂ ਨਰਮ ਕਲੇਜੀਆਂ ਹੋ ਗਈਆਂ ਵਾ, ਪਾਣੀ ਕੁਛ ਹੁੰਦਾ ਅਤੇ ਇਹਨਾਂ ਨੂੰ ਘੀ ਪਾ ਕੇ ਭੁੰਨ ਲੈਂਦੇ ਹਾਂ ਅਤੇ ਇਸ ਸਾਈਡ 'ਚ ਆਟਾ ਨਿਕਾਲ ਕੇ ਲਿਆਂਦਾ, ਆਟਾ ਗੁੰਨਦੇ ਹਾਂ, ਗੁੰਨ ਕੇ ਅਤੇ ਰੋਟੀਆਂ ਪਕਾ ਲੈਂਦੇ ਹਾਂ। ਵਿਆਸੀਆ ਆਟਾ ਗੁੰਨਣ ਲੱਗੇ ਆ, ਇਹ ਬਾਲਟੀ ਕਿੰਨੀ ਸੋਹਣੀ ਲੱਗਦੀ ਜਿਹ 'ਚ ਪਾਣੀ ਲਿਆਉਂਦਾ ਹੈ ਅਤੇ ਇਸ ਸਾਈਡ 'ਤੇ ਹੁਣ ਓਇਲ ਪਾਉਣ ਲੱਗੇ ਹਾਂ, ਪਾਣੀ ਖੁਸ਼ਕ ਹੋ ਗਿਆ ਵਾ। ਅੰਮੀ ਜੀ ਨੇ ਮੈਂ ਕਿਹਾ ਤੁਸੀਂ ਪਾ ਦਿਓ, ਇਹ ਹਾਂਡੀ ਬੜੇ ਪਾਉਂਦੀਆਂ ਨੇ, ਸਮਝ ਲਾ ਅੱਜ ਪਕਾਈਏ। ਮੈਂ ਕਿਹਾ ਵੀ ਜਿਸ ਤਰ੍ਹਾਂ ਦੀ ਖਾਂਦੇ ਆ ਨਾ ਤੁਸੀਂ ਖੁਦ ਬਣਾਓ, ਮੇਰੀ ਪੱਕੀ ਨਾਲ ਪਸੰਦ ਨਹੀਂ ਆਉਣੀ। ਮੈਲ ਨਮਕ ਮਿਰਚ ਅਸੀਂ ਹਲਕਾ ਹਲਕਾ ਅਤੇ ਫਿਰ ਇਹ ਉੱਥੇ ਮੇਰੇ ਕੋਲ ਚੱਲ ਜਾਣਾ ਅਤੇ ਫਿਆਸ ਤਾਂ ਪਸੰਦ ਕਰ ਲੈਂਦਾ ਵਾ ਅਤੇ ਜਵੇਰ ਅਤੇ ਆਵਾਸ ਨੂੰ ਘੱਟ ਪਸੰਦ ਆਉਂਦੀ ਹੈ। ਹੁਣ ਇਹਨੂੰ ਅੱਛੀ ਤਰ੍ਹਾਂ ਭੁੰਨ ਲੈਂਦੇ ਹਾਂ। ਧੋ ਫੀਟਰ ਚੱਕ ਕੇ ਜੀ ਪੱਕ ਗਿਆ ਸਾਲਣ ਕਿ ਨਹੀਂ? ਸਾਲਣ ਪੱਕ ਗਿਆ ਵਾ, ਮੈਨੂੰ ਤਾਂ ਲੱਗਦਾ ਵਾ। ਹਾਂ ਮੈਂ ਕਿਹਾ ਹਾਂਜੀ, ਮੈਂ ਕਿਹਾ ਤੇਰੇ ਭਾਈ ਨੂੰ, ਮੈਂ ਕਿਹਾ ਤੁਸੀਂ ਕਲੇਜੀਆਂ ਨੇ ਤਾਂ ਐਡੀ ਵੱਡੀ ਹੱਡੀ ਵਿੱਚ ਪਾਤੀ, ਉਹਨਾਂ ਨੇ ਕੀ ਕਹਿੰਦੀ ਸੀ, ਕਹਿੰਦਾ ਨਹੀਂ ਉਹਨਾਂ ਨੇ ਮੈਨੂੰ ਬਾਅਦ 'ਚ ਫਰੀ ਪਾ ਕੇ ਦਿੱਤੀ। ਅੱਛਾ ਅੱਛਾ ਮੈਂ ਕਿਹਾ ਇਹਦਾ ਮਤਲਬ ਆ ਭਾਈ ਦੀ ਆ ਫਿਰ, ਹੈਂ ਐਵੇਂ ਹੀ ਆ। ਅੱਛਾ ਉਹ ਕੋਈ ਲੈ ਜੇ ਕੋਈ ਲੈਂਦੇ ਹੁੰਦੇ ਸੀਗੇ, ਜੇ ਕੋਈ ਤੁਸੀਂ ਕਹਿੰਦੇ ਸੀ ਗੋਸ਼ਤ ਸੋਹਣਾ ਬਣਾ ਕੇ ਦਿੰਦਾ। ਅੱਛਾ ਜੀ ਧੂੰਆਂ ਜ਼ਿਆਦਾ ਹੋਇਆ ਇਸ ਕਰਕੇ ਜਿਹੜਾ ਵਾ ਨਾ ਇੱਥੇ ਨਜ਼ਰ ਨਹੀਂ ਆ ਰਿਹਾ ਜੀ। ਨੂੰ ਸ਼ੁਕਰ ਆ ਕਲੇਜੀਆਂ ਪਸੰਦ ਆਈਆਂ। ਕੱਲ੍ਹ ਕਹਵੇ ਅੰਮੀ ਜੀ ਬਾਜੀ ਕਹਿਣ ਕਹਿਣ ਯਾਰ ਥੋੜ੍ਹੀਆਂ ਨਹੀਂ, ਕਿਹੜਾ ਕਿਸੇ ਨੇ ਖਾਣੀ ਆ। ਮੈਂ ਕਿਹਾ ਪਾਈਆਂ ਚੈੱਕ ਕਰੋ, ਭਾਬੀ ਨੂੰ ਵੀ ਕਰਾਓ। ਸਾਡੇ ਘਰ 'ਚੋਂ ਗੋਸ਼ਤ ਦੇ ਮਾਮਲੇ 'ਚ ਭਾਬੀ ਆਸੀਆ ਜਿਹੜਾ ਨਾ ਜ਼ਿਆਦਾ ਚੈੱਕ ਕਰਦੀ ਹੈ। ਨਹੀਂ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ, ਜਿਵੇਂ ਮੈਂ ਕਿਹੜੀ ਪਸੰਦ ਕਰਦਾ ਭਾਬੀ ਗੋਸ਼ਤ ਪਸੰਦ ਕਰਦੇ। ਨਹੀਂ ਗੋਸ਼ਤ ਖਾਣ ਦਾ ਤਰੀਕਾ ਕਿਸੇ ਦੇ ਨਾਲ, ਸਾਡੇ ਘਰ 'ਚ ਆਸੀਆ ਹੋ ਗਈ ਬਚਤਹਿਰਾ ਹੋ ਗਈ, ਇਹਨਾਂ ਨੇ ਨਾ ਉਹ ਧੋਣ ਵਗੈਰਾ ਹੋ ਗਈ। ਅੱਛਾ ਜੀ ਉਹ ਜਿਹੜੀ ਗਰਦਨ ਹੁੰਦੀ ਆ ਨਾ ਜਿਹੜੀ ਉਹ ਕੁੱਕੜ ਦੀ ਹੁੰਦੀ ਆ ਮੁਰਗੇ ਦੀ, ਉਹ ਜਿਹੜੀ ਚੂਣ ਚੂਣ ਕੇ ਖਾਂਦੀ ਆ। ਮੈਂ ਕਿਹਾ ਯਾਰ ਬ੍ਰੈਡ ਲੰਡੀਆਂ ਤੋਂ ਮਗਾਈਆਂ। ਅੱਛਾ ਮੈਂ ਕਿਹਾ ਵੀ ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ। ਰੋਟੀਆਂ ਪੱਕ ਚੁੱਕੀਆਂ ਵਾ, ਪੱਕ ਚੁੱਕੀਆਂ ਨਹੀਂ ਪੱਕ ਰਹੀਆਂ ਵਾ, ਤੇ ਬਸ ਸਲਣ ਵੀ ਤਿਆਰ ਆ, ਫਿਰ ਰੋਟੀ ਖਾਂਦੇ ਹਾਂ ਹੁਣ। ਇਸ ਮੇਰਾ ਦੀ ਪਸੰਦੀਦਾ ਰੋਟੀ ਆ, ਇਹਨੂੰ ਜ਼ਿਆਦਾ ਪਕਾਉਣਾ ਤੇ ਰਾੜ ਕੇ ਜਿਹੜੀ ਆ ਨਾ ਖਾਣੀ, ਇਹ ਫਿਰ ਜਦੋਂ ਬੰਦਾ ਖਾਂਦਾ ਨਾ ਕੜਚ 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 ਕਰਦੀ ਆ ਤਾਜ਼ਾ ਸਾਲਣ। ਹਾਂਜੀ ਅੱਛਾ ਜੀ ਅਭੀ ਲੱਸੀ ਜੋ ਹੈ ਨਾ ਉਹ ਬਣਾਉਣੇ ਲੱਗੇ, ਪਤਲੀ ਕਰਨੇ ਲੱਗੇ, ਗਰਮੀਆਂ ਮੈਂ ਸਾਰੀ ਲੱਸੀ ਪੀਤੀ ਸਵਾਈ ਮੇਰੀ। ਸਾਲਣ ਜੋ ਹੈ ਨਾ ਉਹ ਪੱਕ ਚੁੱਕਾ ਹੈ, ਅਭੀ ਸਭ ਕੋ ਨੀ ਚੀਜ਼ ਜੋ ਹੈ ਨਾ ਉਹ ਤਕਸੀਮ ਕਰੇਗੀ। ਅਗਰ ਮੈਂ ਔਰ ਕੋਈ ਤਕਸੀਮ ਨਹੀਂ ਕਰਦਾ ਤਾਂ ਮਜਬੂਰਨ ਫਿਰ ਅੰਮੀ ਕੋਈ ਤਕਸੀਮ ਕਰਨੀ ਪੜਦੀ। ਅੱਛਾ ਜੀ ਅਸੀਂ ਖਾ ਲਈਏ ਰੋਟੀ,
ਤੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਤੇ ਮੈਨੂੰ ਚੈੱਕ ਕਰਕੇ ਜ਼ਰਾ ਦੱਸਿਓ ਵੀ ਕਿਵੇਂ ਦੀ ਬਣੀ ਬਾਈ ਜ਼ਬਰਦਸਤ। ਅੱਛਾ ਜੀ ਇਹ ਵਲੌਗ ਬਣਾਉਣ ਵਾਸਤੇ ਮਤਲਬ ਨਹੀਂ ਕਰ ਰਹੇ, ਵੈਸੇ ਵੀ ਕਿਉਂਕਿ ਪਸੰਦ ਆ ਸਾਰੀਆਂ ਚੀਜ਼ਾਂ ਤਾਂ ਕਰਕੇ ਮੈਂ ਫਿਰ ਇਹ ਚੀਜ਼ ਮੰਗਵਾਈ ਸੀ, ਮੈਂ ਕਿਹਾ ਕੱਲ੍ਹ ਨੂੰ ਖਾਵਾਂਗੇ ਯਾਰ। ਚਲੋ ਜੀ ਆਪਣਾ ਖਿਆਲ ਰੱਖਿਓ, ਦੋਵਾਂ 'ਚ ਯਾਦ ਰੱਖਿਓ, ਆਪਣਾ ਬਹੁਤ ਸੁਰੱਖਿਆ ਰੱਖਿਓ। ਅੱਲਾ ਹਾਫਿਜ਼।